Hello students, this is Dr. Amit Juneja, lecturer of economics, Government Senior Secondary School, Sabhuana, District Fazilka. So, I will welcome you all to this channel and this lecture. So, our topic is Rashtriya Amdanda Maap. ਆਪਾਂ ਆਪਣੇ ਪਿਛਲੇ ਲੈਕਚਰ ਦੇ ਵਿੱਚ ਰਾਸ਼ਟਰੀ ਆਮਦਨ ਦਾ ਮਾਪ ਕਰਨ ਦੀ ਪਹਿਲੀ ਵਿਧੀ ਜਿਹੜੀ ਹੈ ਉਹ ਕੀਤੀ ਸੀ ਜਿਹੜੀ ਕਿ ਸੀ ਆਮਦਨ ਵਿਧੀ ਜਿੰਦੇ ਚ ਆਪਾਂ ਕੀ ਕੀਤਾ ਜਿੰਨੇ ਵੀ ਉਤਪਾਦਨ ਦੇ ਸਾਧਨ ਨੇ ਉਹਨਾਂ ਨੂੰ ਜਿੰਨੀ ਵੀ ਆਮਦਨ ਮਿਲਦੀ ਹੈ ਆਪਾਂ ਉਹ ਸਾਰੀ ਆਮਦਨ ਦਾ ਜਿਹੜਾ ਹੈ ਉਹ ਜੋੜ ਕੀਤਾ ਤੇ ਉਹਦੇ ਤੋਂ ਆਪਾਂ ਰਾਸ਼ਟਰੀ ਆਮਦਨ ਜਿਹੜੀ ਹੈ ਉਹਦਾ ਆਪਾਂ ਪਤਾ ਲਗਾਇਆ ਜਿਹੜਾ ਅੱਜ ਦਾ ਆਪਣਾ ਕੋਸਟ ਰਹੇਗਾ ਲੈਕਚਰ ਉਹ ਰਹੇਗਾ ਰਾਸ਼ਟਰੀ ਆਮਦਨ ਦਾ ਮਾਪ ਕਰਨ ਦੀ ਦੂਸਰੀ ਵਿਧੀ ਦੇ ਉੱਪਰ ਜਿਹੜੀ ਕੀ ਹੈ ਖਰਚ ਵਿਧੀ ਤਾਂ ਅੱਜ ਦਾ ਆਪਣਾ ਜਿਹੜਾ ਲੈਕਚਰ ਹੈ ਉਹ ਖਰਚ ਵਿਧੀ ਨੂੰ ਲੈ ਕੇ ਹੀ ਜਿਹੜਾ ਹੈ ਉਹ ਚੱਲੇਗਾ ਹੁਣ ਅਗਰ ਆਪਾਂ ਖਰਚ ਵਿਧੀ ਨੂੰ ਸਮਝਣਾ ਹੈ ਤਾਂ ਫਿਰ ਆਪਾਂ ਕੀ ਕਰਾਂਗੇ ਇਹਦਾ ਇੱਕ ਬੇਸ ਜਿਹੜਾ ਹੈ ਉਹ ਰੈਡੀ ਕਰਾਂਗੇ ਜਿਵੇਂ ਆਪਾਂ ਆਮਦਨ ਵਿਧੀ ਦੇ ਵਿੱਚ ਇੱਕ ਬੇਸ ਰੈਡੀ ਕੀਤਾ ਸੀ ਕਰਮਚਾਰੀਆਂ ਦਾ ਮਹਿਤਾਨਾ ਨੰਬਰ 2 ਪਰਿਚਾਲਨ ਰੇਸ਼ੀ ਤੇ ਨੰਬਰ 3 ਮਿਸ਼ਰਿਤ ਆਮਦਨ ਨੂੰ ਜੋੜ ਕੇ ਸਾਧਨ ਲਾਗਤ ਤੇ ਸ਼ੁੱਧ ਘਰੇਲੂ ਉਤਪਾਦਨ ਬਣਾ ਕੇ ਉਵੇਂ ਹੀ ਆਪਾਂ ਕੀ ਕਰਾਂਗੇ ਖਰਚ ਵਿਧੀ ਦੇ ਵਿੱਚ ਆਪਾਂ ਰਾਸ਼ਟਰੀ ਆਮਦਨ ਦਾ ਮਾਪ ਕਰਨ ਵਾਸਤੇ ਪਹਿਲਾਂ ਉਵੇਂ ਹੀ ਇੱਕ ਬੇਸ ਤਿਆਰ ਕਰਾਂਗੇ ਫਿਰ ਜੋ ਆਪਾਂ ਨੂੰ ਰਿਕੁਆਇਰਮੈਂਟ ਹੋਏਗੀ ਉਹਦੇ ਅਕੋਰਡਿੰਗਲੀ ਆਪਾਂ ਉਹਦੇ ਚ ਚੇਂਜਸ ਜਿਹੜੇ ਨੇ ਉਹ ਕਰ ਲਾਂਗੇ ਤਾਂ ਹੁਣ ਆਪਾਂ ਕਰਨਾ ਹੈ ਖਰਚ ਵਿਧੀ ਹੁਣ ਖਰਚ ਵਿਧੀ ਸੋਚੋ ਵੀ ਇਹਦੇ ਚ ਆਪਾਂ ਕੀ ਕਰਨਾ ਹੈ ਹੁਣ ਸਾਰੇ ਦਾ ਸਾਰਾ ਆਪਾਂ ਖਰਚਾ ਐਡ ਕਰਨਾ ਹੈ ਠੀਕ ਹੈ ਜਿਵੇਂ ਆਮਦਨ ਵਿਧੀ ਦੇ ਵਿੱਚ ਆਪਾਂ ਸਾਰੀ ਦੀ ਸਾਰੀ ਆਮਦਨ ਜੋੜੀ ਸੀ ਹੁਣ ਖਰਚ ਵਿਧੀ ਦੇ ਵਿੱਚ ਆਪਾਂ ਸਾਰਾ ਦਾ ਸਾਰਾ ਖਰਚਾ ਜੋੜਾਂਗੇ ਹੁਣ ਖਰਚਾ ਕੌਣ ਕਰੇਗਾ ਮੈਂ ਹਮੇਸ਼ਾ ਤੋਂ ਇੱਕ ਗੱਲ ਕਹਿੰਦਾ ਆ ਰਿਹਾ ਕਿ ਰਾਸ਼ਟਰੀ ਆਮਦਨ ਦਾ ਮਾਪ ਸਮਝਣਾ ਹੈ ਤਾਂ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਜਿਹੜਾ ਹੈ ਉਹ ਸਮਝਣਾ ਪਏਗਾ ਤਾਂ ਹੁਣ ਆਪਾਂ ਅਗਰ ਉਹਨੂੰ ਬੇਸ ਬਣਾਈਏ ਤਾਂ ਆਪਾਂ ਜਦੋਂ ਚਾਰ ਖੇਤਰੀ ਅਰਥਵਿਵਸਥਾ ਮਾਡਲ ਕੀਤਾ ਸੀ ਤਾਂ ਉਹਦੇ ਚ ਆਪਾਂ ਇਹ ਕਿਹਾ ਸੀ ਕਿ ਅਰਥਵਿਵਸਥਾ ਦੇ ਵਿੱਚ ਚਾਰ ਖੇਤਰ ਜਿਹੜੇ ਨੇ ਉਹ ਹੁੰਦੇ ਨੇ ਕਿਹੜੇ ਕਿਹੜੇ ਨੇ ਸ਼ੁਰੂਆਤ ਆਪਾਂ ਕੀਤੀ ਸੀ ਦੋ ਖੇਤਰਾਂ ਤੋਂ ਉਹ ਦੋ ਖੇਤਰ ਕਿਹੜੇ ਸੀ ਪਹਿਲਾ ਜਿਹੜਾ ਖੇਤਰ ਹੈ ਉਹ ਸੀ ਆਪਣਾ ਪਰਿਵਾਰ ਖੇਤਰ ਤਾਂ ਆਪ ਆਪਾਂ ਲਿਖ ਲੈਂਦੇ ਹਾਂ ਤਾਂ ਪਹਿਲਾ ਖੇਤਰ ਸੀ ਪਰਿਵਾਰ ਖੇਤਰ ਜਿਹਨੂੰ ਆਪਾਂ ਨਾਮ ਦਿੱਤਾ ਸੀ ਘਰੇਲੂ ਖੇਤਰ ਯਾਨੀ ਕਿ ਪਰਿਵਾਰ ਖੇਤਰ ਬੋਲੋ ਚਾਹੇ ਘਰੇਲੂ ਖੇਤਰ ਬੋਲੋ ਇੱਕੋ ਹੀ ਗੱਲ ਹੈ ਦੂਸਰਾ ਜਿਹੜਾ ਆਪਾਂ ਖੇਤਰ ਲਿਆ ਸੀ ਉਹ ਲਿਆ ਸੀ ਆਪਾਂ ਉਤਪਾਦਕ ਖੇਤਰ ਤਾਂ ਇਹ ਸੀ ਆਪਣੀ ਦੋ ਖੇਤਰੀ ਅਰਥਵਿਵਸਥਾ ਮਾਡਲ ਦਾ ਨਿਰਮਾਣ ਯਾਨੀ ਪਰਿਵਾਰ ਖੇਤਰ ਲਿਆ ਉਤਪਾਦਕ ਖੇਤਰ ਲਿਆ ਦੋਨਾਂ ਦਾ ਆਪਸ ਦੇ ਵਿੱਚ ਆਪਾਂ ਲੈਣ ਦੇਣ ਦਿਖਾਇਆ ਜਿਹੜਾ ਪਰਿਵਾਰ ਖੇਤਰ ਹੈ ਉਹਨੇ ਕੀ ਕੀਤਾ ਆਪਣੀਆਂ ਸਾਧਨ ਸੇਵਾਵਾਂ ਜਿਹੜੀਆਂ ਨੇ ਉਹ ਉਤਪਾਦਕ ਖੇਤਰ ਨੂੰ ਦੇ ਦਿੱਤੀਆਂ ਉਤਪਾਦਕ ਖੇਤਰ ਨੇ ਉਹਦੇ ਬਦਲੇ ਇਹਨਾਂ ਨੂੰ ਕੀ ਦੇ ਦਿੱਤਾ ਵਸਤੂਆਂ ਤੇ ਸੇਵਾਵਾਂ ਦੇ ਦਿੱਤੀਆਂ ਜਾਂ ਮੌਦਰਿਕ ਪ੍ਰਵਾਹ ਦੀ ਗੱਲ ਕਰਾਂ ਤਾਂ ਸਾਧਨ ਆਮਦਨ ਦੇ ਦਿੱਤੀ ਫਿਰ ਜਿਹੜਾ ਪਰਿਵਾਰ ਖੇਤਰ ਹੈ ਉਹਨੇ ਕੀ ਕੀਤਾ ਜਿਹੜਾ ਉਤਪਾਦਕ ਖੇਤਰ ਸੀ ਉਹਦੇ ਕੋਲੋਂ ਵਸਤੂਆਂ ਤੇ ਸੇਵਾਵਾਂ ਲੈ ਲਈਆਂ ਉਹਦੇ ਬਦਲੇ ਕੀ ਕਰਤਾ ਉਪਭੋਗ ਖਰਚ ਕਰਤਾ ਤਾਂ ਇਹ ਦੋ ਖੇਤਰਾਂ ਨੇ ਆਪਸੀ ਲੈਣ ਦੇਣ ਜਿਹੜਾ ਉਹ ਕਰ ਲਿਆ ਫਿਰ ਆਪਾਂ ਕੀ ਕੀਤਾ ਆਪਾਂ ਇਹਦੇ ਚ ਤੀਜਾ ਖੇਤਰ ਜੋੜਿਆ ਜੋ ਕਿ ਸੀ ਆਪਣਾ ਸਰਕਾਰ ਖੇਤਰ ਫਿਰ ਆਪਾਂ ਇਹਦੇ ਚ ਚੌਥਾ ਖੇਤਰ ਜੋੜਿਆ ਜਿਹੜਾ ਸੀ ਆਪਣਾ ਹੋਰ ਸੰਸਾਰ ਖੇਤਰ ਤੁਸੀਂ ਹੋਰ ਵੀ ਲਿਖਣਾ ਤਾਂ ਤੁਸੀਂ ਬਾਕੀ ਸੰਸਾਰ ਖੇਤਰ ਜਿਹੜਾ ਹੈ ਉਹ ਵੀ ਲੈ ਸਕਦੇ ਹੋ ਤਾਂ ਇਹ ਆਪਣੇ ਚਾਰ ਖੇਤਰੀ ਅਰਥਵਿਵਸਥਾ ਮਾਡਲ ਦੇ ਚਾਰ ਖੇਤਰ ਆ ਜਾਂਦੇ ਨੇ ਹੁਣ ਸੋਚਣ ਵਾਲੀ ਗੱਲ ਇਹ ਹੈ ਵੀ ਅਗਰ ਕਿਸੇ ਅਰਥਵਿਵਸਥਾ ਦੇ ਵਿੱਚ ਚਾਰ ਖੇਤਰ ਨੇ ਤਾਂ ਹੁਣ ਖਰਚਾ ਕਿੰਨੇ ਖੇਤਰ ਕਰਨਗੇ ਜੇ ਚਾਰ ਖੇਤਰ ਨੇ ਤਾਂ ਚਾਰੋ ਖੇਤਰ ਹੀ ਜਿਹੜੇ ਨੇ ਉਹ ਖਰਚਾ ਕਰਨਗੇ ਪੰਜਵਾਂ ਖੇਤਰ ਹੀ ਨਹੀਂ ਹੈਗਾ ਤਾਂ ਖਰਚਾ ਕੌਣ ਕਰੇਗਾ ਤਾਂ ਆਪਾਂ ਖਰਚ ਵਿਧੀ ਵਿੱਚ ਕੀ ਕਰਨਾ ਹੈ ਇਹ ਚਾਰ ਖੇਤਰ ਜੋ ਜੋ ਖਰਚਾ ਕਰਦੇ ਨੇ ਉਹ ਸਾਰਾ ਖਰਚਾ ਜਿਹੜਾ ਹੈ ਉਹ ਆਪਾਂ ਜੋੜ ਦਿਆਂਗੇ ਤਾਂ ਉਹਦੇ ਨਾਲ ਆਪਣਾ ਇੱਕ ਬੇਸ ਜਿਹੜਾ ਹੈ ਉਹ ਰੈਡੀ ਹੋ ਜਾਏਗਾ ਹੁਣ ਉਹ ਬੇਸ ਕੀ ਰੈਡੀ ਹੋਏਗਾ ਉਹ ਜਦੋਂ ਆਪਾਂ ਇਹਨਾਂ ਦਾ ਖਰਚਾ ਜੋੜਾਂਗੇ ਉਸ ਤੋਂ ਬਾਅਦ ਦੇਖਾਂਗੇ ਕਿ ਉਹ ਜਿਹੜਾ ਬੇਸ ਹੈ ਉਹ ਕੀ ਰੈਡੀ ਹੋਇਆ
सिंपल याद रखो कि हरेक अर्थव्यवस्था दे विच चार खेतर हुंदे ने, हुण आपां खर्चा लेना है। जे खेतर चार ने तां खर्चा भी चार खेतर ही करनगे, मतलब आपां अपनी खर्च विधि दे विच चार तरह दा खर्चा जड़ा है ओ जोड़ना है। ਜਿਵੇਂ ਆਪਾਂ ਆਪਣੀ ਆਮਦਨ ਵਿਧੀ ਦੇ ਵਿੱਚ ਤਿੰਨ ਤਰ੍ਹਾਂ ਦੀ ਆਮਦਨ ਜੋੜੀ ਸੀ, ਹੁਣ ਕਿਉਂਕਿ ਆਮਦਨ ਹੋਏਗੀ ਤਿੰਨ ਤਰ੍ਹਾਂ ਦੀ, ਪਹਿਲੀ ਕੰਮ ਕਰਕੇ ਜੋ ਕਿ ਕਰਮਚਾਰੀਆਂ ਦਾ ਮਿਹਨਤਾਨਾ ਹੈ, ਨੰਬਰ 2 ਜਾਇਦਾਦ ਤੋਂ ਜੋ ਕਿ ਪ੍ਰਚਾਲਨ ਰੇਸ਼ੀ ਹੈ, ਨੰਬਰ 3 ਦੋਵਾਂ ਤੋਂ, ਹੁਣ ਤੀਜਾ ਤੋਂ ਇਲਾਵਾ ਕੋਈ ਚੌਥਾ ਤਰੀਕਾ ਹੀ ਨਹੀਂ ਹੈਗਾ। ਜਾਂ ਤਾਂ ਆਮਦਨ ਜਿਹੜੀ ਹੈ ਉਹ ਤੁਹਾਨੂੰ ਕੰਮ ਕਰਕੇ ਹੋ ਸਕਦੀ ਹੈ, ਜਾਂ ਜਾਇਦਾਦ ਤੋਂ ਹੋ ਸਕਦੀ ਹੈ, ਜਾਂ ਦੋਨਾਂ ਤੋਂ ਹੋ ਸਕਦੀ ਹੈ। ਚੌਥਾ ਤਰੀਕਾ ਹੀ ਨਹੀਂ ਹੈਗਾ। ਕਿਉਂ? ਕਿਉਂਕਿ ਜਿਹੜੇ ਹਸਤਾਂਤਰਣ ਹੈ ਉਹ ਆਪਾਂ ਰਾਸ਼ਟਰੀ ਆਮਦਨ ਚ ਵੈਸੇ ਨਹੀਂ ਲੈਣੇ, ਜਿਹੜੀ ਗੈਰ ਕਾਨੂੰਨੀ ਕੰਮਾਂ ਦੀ ਆਮਦਨ ਹੈ ਉਹ ਆਪਾਂ ਵੈਸੇ ਨਹੀਂ ਲੈਣੀ। ਤਾਂ ਆਪਾਂ ਇਹਨਾਂ ਤਿੰਨ ਤਰੀਕਿਆਂ ਦੀ ਆਮਦਨ ਨੂੰ ਹੀ ਜੋੜਿਆ ਸੀ, ਕਿਉਂਕਿ ਆਮਦਨ ਹਮੇਸ਼ਾ ਤਿੰਨ ਹੀ ਤਰੀਕੇ ਨਾਲ ਹੋ ਸਕਦੀ ਹੈ। ਹੁਣ ਉਵੇਂ ਹੀ ਜਿਹੜਾ ਖਰਚਾ ਹੈ ਉਹ ਚਾਰ ਤਰੀਕੇ ਨਾਲ ਹੋ ਸਕਦਾ ਹੈ। ਕੌਣ ਕਰੇਗਾ? ਇਹ ਚਾਰ ਖੇਤਰ ਖਰਚਾ ਕਰਨਗੇ। ਤਾਂ ਆਪਾਂ ਇਹਨਾਂ ਚਾਰ ਖੇਤਰਾਂ ਦਾ ਜਿਹੜਾ ਖਰਚਾ ਹੈ ਉਹ ਆਪਾਂ ਲਿਖ ਲੈਂਦੇ ਹਾਂ। ਤਾਂ ਸਭ ਤੋਂ ਪਹਿਲਾ ਖਰਚਾ ਜਿਹੜਾ ਉਹ ਕੌਣ ਕਰੇਗਾ? ਉਹ ਪਰਿਵਾਰ ਖੇਤਰ ਕਰੇਗਾ। ਜਿਹੜਾ ਪਰਿਵਾਰ ਖੇਤਰ ਹੈ ਉਹ ਕੀ ਕਰਦਾ ਹੈ? ਹੁਣ ਦੋ ਖੇਤਰੀ ਅਰਥ ਵਿਵਸਥਾ ਮਾਡਲ ਦੇ ਵਿੱਚ ਆਪਾਂ ਨੂੰ ਵਾਪਸ ਜਾਣਾ ਪਏਗਾ। ਪਰਿਵਾਰ ਖੇਤਰ ਨੇ ਕੀ ਕੀਤਾ ਸੀ? ਹੁਣ ਇਹਨੇ ਖਰਚਾ ਕਰਨਾ ਹੈ। ਖਰਚਾ ਕੀਤਾ ਇਹਨੇ ਕਿਸ ਚੀਜ਼ ਤੇ ਕੀਤਾ ਸੀ? ਯਾਦ ਕਰੋ, ਜਦੋਂ ਇਹਨੇ ਉਤਪਾਦਕ ਖੇਤਰ ਤੋਂ ਵਸਤੂਆਂ ਤੇ ਸੇਵਾਵਾਂ ਲਈਆਂ ਸੀ, ਇਹਨੇ ਉਤਪਾਦਕ ਖੇਤਰ ਤੋਂ ਵਸਤੂਆਂ ਤੇ ਸੇਵਾਵਾਂ ਲੈ ਲਈਆਂ, ਉਹਨਾਂ ਦਾ ਇਹਨੇ ਕੀ ਕੀਤਾ? ਉਪਭੋਗ ਕੀਤਾ। ਉਪਭੋਗ ਤੇ ਇਹਨੇ ਕੀ ਕੀਤਾ? ਖਰਚਾ ਕੀਤਾ। ਯਾਨੀ ਜਿਹੜਾ ਪਰਿਵਾਰ ਖੇਤਰ ਹੈ ਉਹਦਾ ਕੰਮ ਕੀ ਹੈ? ਉਪਭੋਗ ਕਰਨਾ। ਤਾਂ ਪਰਿਵਾਰ ਖੇਤਰ ਦਾ ਖਰਚਾ ਕੀ ਹੋਏਗਾ? ਉਪਭੋਗ ਖਰਚਾ ਹੋਏਗਾ। ਪਰ ਹੁਣ ਆਪਾਂ ਜੋ ਇੱਥੇ ਲਿਖਾਂਗੇ ਉਹ ਆਪਾਂ ਲਿਖਾਂਗੇ ਨਿੱਜੀ ਅੰਤਿਮ ਉਪਭੋਗ ਖਰਚ। ਤਾਂ ਹੁਣ ਇਹਦੇ ਵਿੱਚ ਆਪਣੇ ਕੋਲ ਚਾਰ ਵਰਡ ਆਏ ਨੇ, ਨਿੱਜੀ ਅੰਤਿਮ ਉਪਭੋਗ ਤੇ ਖਰਚ, ਚਾਰ ਸ਼ਬਦ ਆ ਗਏ। ਹੁਣ ਪਰਿਵਾਰ ਖੇਤਰ ਦਾ ਕੰਮ ਕੀ ਹੈ? ਵਸਤੂਆਂ ਤੇ ਸੇਵਾਵਾਂ ਦਾ ਉਪਭੋਗ ਕਰਨਾ, ਉਹਦੇ ਬਦਲੇ ਜੋ ਇਹ ਖਰਚਾ ਕਰੇਗਾ ਉਹਨੂੰ ਆਪਾਂ ਕੀ ਕਹਿ ਦਿਆਂਗੇ? ਉਪਭੋਗ ਖਰਚ। ਇੰਨਾ ਕਲੀਅਰ ਹੋ ਗਿਆ? ਕਿਉਂਕਿ ਪਰਿਵਾਰ ਨੇ ਤਾਂ ਪਰਿਵਾਰ ਕੀ ਹੋ ਗਿਆ? ਨਿੱਜੀ ਹੋ ਗਿਆ। ਤਾਂ ਨਿੱਜੀ ਉਪਭੋਗ ਖਰਚ। ਹੁਣ ਜਿਹੜਾ ਆਪਾਂ ਖਰਚਾ ਲੈਣਾ ਹੈ ਉਹ ਕਿਹੜਾ ਲੈਣਾ ਹੈ? ਉਹ ਆਪਾਂ ਅੰਤਿਮ ਉਪਭੋਗ ਖਰਚ ਜਿਹੜਾ ਹੈ ਉਹ ਲੈਣਾ। ਅੰਤਿਮ ਉਪਭੋਗ ਖਰਚ ਦਾ ਮਤਲਬ ਕੀ ਹੋਇਆ? ਦੇਖੋ, ਜਿੰਨੀਆਂ ਵੀ ਵਸਤੂਆਂ ਹੁੰਦੀਆਂ ਨੇ ਉਹ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ। ਇੱਕ ਹੁੰਦੀਆਂ ਨੇ ਉਹਨੂੰ ਆਪਾਂ ਕਹਿੰਦੇ ਹਾਂ ਅੰਤਿਮ ਵਸਤੂਆਂ, ਇੱਕ ਹੁੰਦੀਆਂ ਨੇ ਉਹਨੂੰ ਆਪਾਂ ਕਹਿੰਦੇ ਹਾਂ ਮੱਧਵਰਤੀ ਵਸਤੂਆਂ, ਜਾਂ ਜਿਹਨੂੰ ਆਪਾਂ ਕੱਚਾ ਮਾਲ ਵੀ ਕਹਿ ਦਿੰਦੇ ਹਾਂ। ਜੋ ਆਪਾਂ ਖਰਚਾ ਲੈਣਾ ਹੈ ਉਹ ਆਪਾਂ ਹਮੇਸ਼ਾ ਅੰਤਿਮ ਵਸਤੂਆਂ ਤੇ ਕੀਤਾ ਜਾਣ ਵਾਲਾ ਖਰਚਾ ਲੈਣਾ ਹੈ, ਯਾਨੀ ਕਿ ਆਖਰੀ ਵਸਤੂ ਤੇ ਕੀਤਾ ਜਾਣ ਵਾਲਾ ਖਰਚਾ ਲੈਣਾ ਹੈ। ਕਿਉਂ ਲੈਣਾ? ਕਿਉਂਕਿ ਜਿਹੜਾ ਕੱਚੇ ਮਾਲ ਤੇ ਖਰਚਾ ਹੁੰਦਾ ਹੈ ਉਹ ਪਹਿਲਾਂ ਹੀ ਅੰਤਿਮ ਖਰਚੇ ਦੇ ਵਿੱਚ ਸ਼ਾਮਿਲ ਹੋ ਜਾਂਦਾ ਹੈ। ਜੇ ਆਪਾਂ ਯਾਦ ਕਰੋ, ਇੱਕ ਐਗਜ਼ਾਮਪਲ ਲਈ ਸੀ ਵੀ ਇੱਕ ਹਲਵਾਈ ਕੀ ਕਰਦਾ ਹੈ? ਦੁੱਧ ਦੇ ਉੱਪਰ ਖਰਚਾ ਕਰਦਾ ਹੈ, ਫਿਰ ਉਸ ਦੁੱਧ ਤੋਂ ਕੀ ਕਰਦਾ ਹੈ? ਖੋਇਆ ਬਣਾਉਂਦਾ ਹੈ, ਫਿਰ ਉਹਨੇ ਮਿੱਠਾ ਪਾ ਕੇ ਉਹਦੇ ਤੇ ਹੋਰ ਮਿਹਨਤ ਕਰਕੇ ਬਰਫੀ ਬਣਾ ਲੈਂਦਾ ਹੈ। ਤਾਂ ਅਗਰ ਇੱਕ ਬੰਦਾ ਇੱਕ ਗ੍ਰਾਹਕ ਬਣ ਕੇ ਉਹਦੇ ਕੋਲ ਜਾਂਦਾ ਹੈ ਤੇ ਬਰਫੀ ਦਾ ਉਪਭੋਗ ਕਰਦਾ ਹੈ, ਬਰਫੀ ਉਹਨੇ ਖਰੀਦੀ, ਬਰਫੀ ਤੇ ਉਹਨੇ ਉਪਭੋਗ ਕਰ ਲਿਆ, ਤਾਂ ਉਹ ਪੈਸੇ ਕਿਸ ਚੀਜ਼ ਦੇ ਦੇਗਾ? ਉਹ ਪੈਸੇ ਬਰਫੀ ਦੇ ਦੇਗਾ। ਕਿਉਂ? ਹੁਣ ਉਹ ਦੁੱਧ ਦੇ ਪੈਸੇ, ਉਸ ਤੋਂ ਬਾਅਦ ਉਹਦੇ ਤੋਂ ਖੋਇਆ ਬਣਿਆ, ਉਹਦੇ ਨੂੰ ਮਿੱਠਾ ਪਿਆ, ਉਹਦੇ ਪੈਸੇ ਤਾਂ ਨਹੀਂ ਦੇਗਾ ਨਾ। ਕਿਉਂ? ਕਿਉਂਕਿ ਜੇ ਉਹਨੇ ਬਰਫੀ ਦੇ ਪੈਸੇ ਦਿੱਤੇ ਇਹਦਾ ਮਤਲਬ ਇਹ ਹੋਇਆ ਕਿ ਉਹਦੇ 'ਚ ਦੁੱਧ ਦੇ ਪੈਸੇ ਵੀ ਆ ਗਏ, ਉਸ ਤੋਂ ਜਿਹੜਾ ਖੋਇਆ ਬਣਿਆ ਉਹਦੇ ਪੈਸੇ ਵੀ ਆ ਗਏ, ਜਿਹੜਾ ਮਿੱਠਾ ਪਾਇਆ ਉਹਦੇ ਪੈਸੇ ਵੀ ਆ ਗਏ, ਜਿਹੜੀ ਕਿਸੇ ਮਜ਼ਦੂਰ ਨੇ ਮਿਹਨਤ ਕੀਤੀ ਉਹ ਵੀ ਆ ਗਈ। ਤਾਂ ਸਾਰੀਆਂ ਦੀਆਂ ਸਾਰੇ ਖਰਚੇ ਜਿਹੜੇ ਨੇ ਉਹ ਬਰਫੀ ਦੇ ਉੱਪਰ ਕੀਤੇ ਜਾਣ ਵਾਲੇ ਖਰਚੇ ਦੇ ਵਿੱਚ ਉਹ ਆ ਗਏ। ਤਾਂ ਬਰਫੀ ਕੀ ਹੈ? ਉਹ ਆਪਣੀ ਆਖਰੀ ਵਸਤੂ ਜਿਹੜੀ ਹੈ ਉਹ ਹੋਏਗੀ। ਤਾਂ ਜਦੋਂ ਵੀ ਖਰਚਾ ਲੈਣਾ ਉਹ ਕਿਹੜਾ ਲੈਣਾ? ਹਮੇਸ਼ਾ ਅੰਤਿਮ ਉਪਭੋਗ ਖਰਚਾ ਜਿਹੜਾ ਹੈ ਉਹ ਲੈਣਾ। ਤਾਂ ਪਰਿਵਾਰ ਖੇਤਰ ਨੇ ਕੀ ਕੀਤਾ? ਪਰਿਵਾਰ ਖੇਤਰ ਨੇ ਆਪਣਾ ਉਪਭੋਗ ਖਰਚ ਕੀਤਾ। ਕਿਹੜਾ ਕੀਤਾ? ਅੰਤਿਮ ਉਪਭੋਗ ਖਰਚ। ਤਾਂ ਪਰਿਵਾਰ ਨੇ ਆਪਾਂ ਨੂੰ ਕਹਿਤਾ ਨਿੱਜੀ ਅੰਤਿਮ ਉਪਭੋਗ ਖਰਚ। ਕਲੀਅਰ ਹੋ ਗਿਆ? ਦੂਸਰਾ, ਹੁਣ ਆਪਾਂ ਇੱਥੇ ਯਾਦ ਕਰੋ ਸਰਕਾਰ ਖੇਤਰ। ਆਪਾਂ ਕਿਹਾ ਸੀ ਸਰਕਾਰ
चेक करना होवे तां जदों आपां तीन खेतरी अर्थव्यवस्था मॉडल बनाया सी ओह तुसीं चेक कर सकदे हो। उहदे च मैं कहा सी कि सरकार भी उपभोग करदी है पर जिहड़ा सरकार दा उपभोग हुंदा है ओह आधे वास्ते नहीं हुंदा बल्कि ओह की करदी है कलेक्टिव कंजम्पशन करदी है यानी कि सामूहिक उपभोग करदी है आधे वास्ते नहीं करदी समाज वास्ते करदी है। मैं उहदे च एग्जाम्पल भी लई सी वी जदों किसान जिहड़े ने ओह अपनी फसल लैके मंडी विच आउंदे ने तां सरकार की करदी है उस फसल नूं FCI ते फूड एंड सिविल सप्लाई दे थ्रू जिहड़ा है ओह खरीद लैंदी है खरीद के ਕਿਉਂ ਕਿਉਂਕਿ ਜਿਹੜੇ ਟੋਟਲ ਪੈਸੇ ਆਪਾਂ ਲਾਉਂਦੇ ਹਾਂ ਆਪਾਂ ਯਾਦ ਕਰੋ ਜਦੋਂ ਕੁੱਲ
ਤੇ ਸ਼ੁੱਧ ਦਾ ਅੰਤਰ ਕੀਤਾ ਸੀ ਮੈਂ ਇਹ ਸਮਝਾਇਆ ਸੀ ਵੀ ਜਦੋਂ ਆਪਾਂ ਟੋਟਲ ਪੈਸੇ ਲਾਉਂਦੇ ਆ ਉਹਦੇ ਅੱਗੇ ਦੋ ਹਿੱਸੇ ਹੋ ਜਾਂਦੇ ਨੇ ਇੱਕ ਨਾਲ ਕੀ ਹੁੰਦਾ ਹੈ ਆਪਾਂ ਨਵੀਆਂ ਮਸ਼ੀਨਾਂ ਲਾਉਂਦੇ ਆ ਉਹ ਕੀ ਸੀ ਆਪਣਾ ਸ਼ੁੱਧ ਨਿਵੇਸ਼ ਇੱਕ ਪੈਸੇ ਨਾਲ ਆਪਾਂ ਕੀ ਕਰਦੇ ਆ ਜਿਹੜੀਆਂ ਆਲਰੇਡੀ ਮਸ਼ੀਨਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਆਪਾਂ ਠੀਕ ਕਰਾਉਂਦੇ ਆ ਮਤਲਬ ਕੀ ਕਰਦੇ ਆ ਹਿਸਾਬ ਵਿੱਚ ਖਰਚ ਕਰਦੇ ਆ ਦੇਖੋ ਦੋਨੋਂ ਤਰ੍ਹਾਂ ਦਾ ਜਿਹੜਾ ਨਿਵੇਸ਼ ਹੈ ਉਹਦੀ ਆਪਣੀ ਆਪਣੀ ਇੰਪੋਰਟੈਂਸ ਹੈ ਜਿਹੜਾ ਤਾਂ ਤੁਹਾਡਾ ਸ਼ੁੱਧ ਨਿਵੇਸ਼ ਹੈ ਮਤਲਬ ਜੋ ਤੁਸੀਂ ਨਵੀਆਂ ਮਸ਼ੀਨਾਂ ਲਾ ਰਹੇ ਹੋ ਉਹਦੇ ਨਾਲ ਕੀ ਹੋਏਗਾ ਜੋ ਤੁਹਾਡੀ ਉਤਪਾਦਨ ਸ਼ਕਤੀ ਹੈ ਉਹ ਪਹਿਲਾਂ ਨਾਲੋਂ ਵੱਧ ਜਾਏਗੀ ਹੁਣ ਉਤਪਾਦਨ ਸ਼ਕਤੀ ਕੀ ਮਤਲਬ ਹੋਇਆ ਵੀ ਜਿੰਨੀ ਸ਼ਕਤੀ ਤੁਹਾਡੇ ਕੰਪਨੀ ਦੇ ਵਿੱਚ ਉਤਪਾਦਨ ਕਰਨ ਦੀ ਹੈਗੀ ਸੀ ਫੋਰ ਐਗਜ਼ਾਮਪਲ ਅਗਰ ਮੰਨ ਲਓ ਮੈਂ ਕਹਾਂ ਵੀ ਤੁਹਾਡੇ ਕੋਲ ਪਹਿਲਾਂ 5 ਮਸ਼ੀਨਾਂ ਲੱਗੀਆਂ ਸੀ ਤੁਸੀਂ ਕੀ ਕੀਤਾ 5 ਮਸ਼ੀਨਾਂ ਹੋਰ ਲਿਆਂਦੀਆਂ ਹੁਣ ਹੋ ਗਈਆਂ 10 ਮਸ਼ੀਨਾਂ ਇੱਕ ਮਸ਼ੀਨ 100 ਚੀਜ਼ਾਂ ਬਣਾਉਂਦੀ ਹੈ ਪਹਿਲਾਂ 5 ਮਸ਼ੀਨਾਂ ਲੱਗੀਆਂ ਹੋਈਆਂ ਸੀ 100 ਦੇ ਹਿਸਾਬ ਨਾਲ 500 ਚੀਜ਼ਾਂ ਬਣਦੀਆਂ ਪਈਆਂ ਸੀ ਹੁਣ ਤੁਸੀਂ 5 ਮਸ਼ੀਨਾਂ ਹੋਰ ਲਿਆਏ ਯਾਨੀ 500 ਚੀਜ਼ਾਂ ਹੋਰ ਬਣਨ ਲੱਗ ਪਈਆਂ ਹੁਣ ਕਿੰਨੀ ਹੋ ਗਈਆਂ 1000 ਚੀਜ਼ਾਂ ਮਤਲਬ ਪਹਿਲਾਂ ਤੁਹਾਡੀ ਉਤਪਾਦਨ ਸ਼ਕਤੀ ਜਿਹੜੀ ਹੈ ਉਹ ਕਿੰਨੀ ਸੀ 500 ਦੀ ਹੁਣ ਕਿੰਨੀ ਹੈ 1000 ਦੀ ਤਾਂ ਜਿਹੜਾ ਸ਼ੁੱਧ ਨਿਵੇਸ਼ ਹੈ ਨਵੀਆਂ ਮਸ਼ੀਨਾਂ ਲੈ ਕੇ ਆਉਣਾ ਹੈ ਉਹ ਕੀ ਕਰਦਾ ਹੈ ਉਹ ਤੁਹਾਡੀ ਉਤਪਾਦਨ ਸ਼ਕਤੀ ਨੂੰ ਵਧਾ ਦਿੰਦਾ ਹੈ ਜਿਹੜਾ ਹਿਸਾਬਟ ਖਰਚ ਹੈ ਉਹ ਕੀ ਕਰਦਾ ਹੈ ਹੁਣ ਪਹਿਲਾਂ ਮੰਨ ਲਓ ਤੁਹਾਡੇ 5 ਮਸ਼ੀਨਾਂ ਲੱਗੀਆਂ ਸੀ ਹਰੇਕ ਮਸ਼ੀਨ 100 ਚੀਜ਼ਾਂ ਬਣਾਉਂਦੀ ਪਈ ਸੀ 500 ਚੀਜ਼ਾਂ ਬਣ ਗਈਆਂ ਵਿੱਚੋਂ ਮਸ਼ੀਨਾਂ ਟੁੱਟ ਫੁੱਟ ਗਈਆਂ ਹੁਣ ਉਹੀ ਮਸ਼ੀਨਾਂ ਨਾਲ ਮੰਨ ਲਓ 450 ਚੀਜ਼ਾਂ ਦਾ ਉਤਪਾਦਨ ਹੁੰਦਾ ਪਿਆ ਤੁਸੀਂ ਕੀ ਕੀਤਾ ਹੁਣ 50 ਚੀਜ਼ਾਂ ਦਾ ਤੁਹਾਨੂੰ ਨੁਕਸਾਨ ਹੋ ਰਿਹਾ ਹੈ ਤੁਸੀਂ ਕੀ ਕੀਤਾ ਉਹਦੀ ਹਿਸਾਬਟ ਤੇ ਖਰਚਾ ਕਰਤਾ ਮਤਲਬ ਜੋ ਉਹਦੇ ਵਿੱਚ ਨੁਕਸ ਪਿਆ ਸੀ ਉਹਨੂੰ ਠੀਕ ਕਰਾਤਾ ਤਾਂ ਦੁਬਾਰਾ ਕਿੰਨੀਆਂ ਚੀਜ਼ਾਂ ਬਣਨੀਆਂ ਸ਼ੁਰੂ ਹੋ ਜਾਣਗੀਆਂ 500 ਯਾਨੀ ਜਿਹੜਾ ਹਿਸਾਬਟ ਖਰਚ ਹੈ ਉਹ ਕੀ ਕਰਦਾ ਹੈ ਉਹ ਜਿਹੜੀ ਤੁਹਾਡੀ ਉਤਪਾਦਨ ਸ਼ਕਤੀ ਘੱਟ ਗਈ ਹੁੰਦੀ ਹੈ ਪਹਿਲਾਂ ਨਾਲੋਂ ਉਹਨੂੰ ਦੁਬਾਰਾ ਆਪਣੇ ਪਹਿਲਾਂ ਵਾਲੇ ਪੱਧਰ ਤੇ ਲੈ ਆਉਂਦਾ ਹੈ ਯਾਨੀ ਜਿਹੜਾ ਹਿਸਾਬਟ ਖਰਚ ਹੈ ਉਹ ਕੀ ਕਰੇਗਾ ਉਤਪਾਦਨ ਸ਼ਕਤੀ ਨੂੰ ਪੁਰਾਣੇ ਪੱਧਰ ਤੇ ਲੈ ਕੇ ਆਏਗਾ ਜਿਹੜਾ ਸ਼ੁੱਧ ਨਿਵੇਸ਼ ਹੈ ਉਹ ਕੀ ਕਰੇਗਾ ਉਹਦੇ ਵਿੱਚ ਵਾਧਾ ਕਰੇਗਾ ਤਾਂ ਦੋਨਾਂ ਦੀ ਆਪਣੀ ਆਪਣੀ ਇੰਪੋਰਟੈਂਸ ਹੈ ਤਾਂ ਆਪਾਂ ਦੋਨਾਂ ਨੂੰ ਹੀ ਜਿਹੜਾ ਹੈ ਉਹ ਸ਼ਾਮਿਲ ਕਰਦੇ ਹਾਂ ਤਾਂ ਆਪਾਂ ਕੀ ਜੋੜਨਾ ਹੈ ਕੁੱਲ ਘਰੇਲੂ ਪੂੰਜੀ ਨਿਰਮਾਣ ਕਈ ਵਾਰੀ ਕੀ ਹੋਏਗਾ ਇਹ ਤੁਹਾਨੂੰ ਦਿੱਤਾ ਹੀ ਨਹੀਂ ਹੋਏਗਾ ਇਹਨੇ ਉਹ ਕੀ ਕਰੇਗਾ ਅੱਗੇ ਦੋ ਹਿੱਸੇ ਕਰ ਦੇਗਾ ਉਹ ਤੁਹਾਨੂੰ ਦੇਗਾ ਸ਼ੁੱਧ ਘਰੇਲੂ ਪੂੰਜੀ ਨਿਰਮਾਣ ਯਾਨੀ ਉਹ ਤੁਹਾਨੂੰ ਸਿਰਫ ਇੰਨਾ ਦੱਸੇਗਾ ਵੀ ਜਿਹੜਾ ਤੁਹਾਡਾ ਸ਼ੁੱਧ ਨਿਵੇਸ਼ ਹੈ ਉਹ ਕਿੰਨਾ ਨਵੀਆਂ ਮਸ਼ੀਨਾਂ ਕਿੰਨੀਆਂ ਲੈ ਕੇ ਆਉਂਦੀਆਂ ਆਪਾਂ ਕੀ ਜੋੜਨਾ ਹੈ ਕੁੱਲ ਦਿੱਤਾ ਕੀ ਹੋਇਆ ਸ਼ੁੱਧ ਨਾਲ ਕੀ ਜੋੜ ਦਿਆਂਗੇ ਆਪਾਂ ਐਡ ਕਰਾਂਗੇ ਕੀ ਚੀਜ਼ ਹਿਸਾਬਟ ਖਰਚ ਅਗਰ ਆਪਾਂ ਸ਼ੁੱਧ ਦਿੱਤਾ ਹੋਇਆ ਆਪਾਂ ਬਣਾਉਣਾ ਕੀ ਹੈ ਕੁੱਲ ਤਾਂ ਆਪਾਂ ਕੀ ਕਰਾਂਗੇ ਅਗਰ ਸ਼ੁੱਧ ਦੇ ਵਿੱਚ ਹਿਸਾਬਟ ਨੂੰ ਐਡ ਕਰ ਦਿਆਂਗੇ ਤਾਂ ਕੀ ਬਣ ਜਾਏਗਾ ਕੁੱਲ ਬਣ ਜਾਏਗਾ ਠੀਕ ਹੋ ਗਿਆ ਜਾਂ ਕੀ ਕਰੇਗਾ ਕਈ ਵਾਰੀ ਇਸ ਕੁੱਲ ਘਰੇਲੂ ਪੂੰਜੀ ਨਿਰਮਾਣ ਦੇ ਦੋ ਹਿੱਸੇ ਤਾਂ ਕਰੇਗਾ ਪਰ ਐਵੇਂ ਨਹੀਂ ਕਰੇਗਾ ਉਹ ਲਿਖ ਦੇਗਾ ਹੁਣ ਤੁਸੀਂ ਦੇਖੋ ਕੁੱਲ ਦਿੱਤਾ ਹੈ ਉਹਨੇ ਤੁਹਾਨੂੰ ਕੁੱਲ ਹੀ ਦੇਣਾ ਤਾਂ ਲਿਖ ਦੇਗਾ ਕੁੱਲ ਘਰੇਲੂ ਸਥਾਈ ਪੂੰਜੀ ਨਿਰਮਾਣ ਹੁਣ ਆਪਾਂ ਇਹਨੂੰ ਜਿਹੜਾ ਹੈ ਉਹ ਕੁੱਲ ਘਰੇਲੂ ਪੂੰਜੀ ਨਿਰਮਾਣ ਸਮਝ ਲੈਂਦੇ ਹਾਂ ਉਹਨੇ ਆਪਾਂ ਨੂੰ ਕੀ ਦਿੱਤਾ ਉਹਨੇ ਇਹ ਲਿਖਿਆ ਕੁੱਲ ਘਰੇਲੂ ਪੂੰਜੀ ਨਿਰਮਾਣ ਉਹਨੇ ਲਿਖਿਆ ਕੁੱਲ ਘਰੇਲੂ ਸਥਾਈ ਪੂੰਜੀ ਨਿਰਮਾਣ ਸਥਾਈ ਕੀ ਹੁੰਦਾ ਸਥਿਰ ਮਤਲਬ ਉਹਨੇ ਸਿਰਫ ਇਹ ਦੱਸਿਆ ਕਿ ਟੋਟਲ ਕਿੰਨੇ ਪੈਸੇ ਲਾਏ ਘਰੇਲੂ ਸੀਮਾ ਦੇ ਅੰਦਰ ਅੰਦਰ ਪੂੰਜੀ ਨਿਰਮਾਣ ਪੈਸੇ ਲਾਣਾ ਪਰ ਜੋ ਪੈਸੇ ਲਾਏ ਉਹ ਕਿੱਥੇ ਲਾਏ ਸਿਰਫ ਸਥਾਈ ਮਤਲਬ ਜਿਹੜੇ ਉਤਪਾਦਨ ਦੇ ਸਥਿਰ ਸਾਧਨ ਨੇ ਉਹਨਾਂ ਦੇ ਉੱਪਰ ਮਤਲਬ ਜਿਹੜੀਆਂ ਮਸ਼ੀਨਾਂ ਨੇ ਜਿਹੜੀ ਟੈਕਨੋਲੋਜੀ ਹੈ ਉਹਦੇ ਤੇ ਹੁਣ ਮੰਨ ਲਓ ਕਿ ਮੈਂ ਇੱਕ ਉਤਪਾਦਕ ਹਾਂ ਮੇਰੇ ਕੋਲ ਕੁਝ ਪੈਸੇ ਨੇ ਮੰਨ ਲਓ ਮੈਂ ਕਹਾਂ ਕਿ ਮੇਰੇ ਕੋਲ 10 ਲੱਖ ਰੁਪਏ ਹੈ ਮੈਂ 10 ਲੱਖ ਰੁਪਏ ਨਾਲ ਉਤਪਾਦਨ ਕਰਨਾ ਮੈਂ ਵੀ ਸਾਰੇ ਦੇ ਸਾਰੇ ਪੈਸੇ ਮਸ਼ੀਨਾਂ ਤੇ ਲਾ ਦਿਆਂਗਾ ਜੇ ਮੈਂ ਸਾਰੇ ਦੇ ਸਾਰੇ ਪੈਸੇ ਮਸ਼ੀਨਾਂ ਤੇ ਲਾ ਦੇ 10 ਲੱਖ ਰੁਪਏ ਮਸ਼ੀਨਾਂ ਆ ਗਈਆਂ ਹੁਣ ਮੈਂ ਉਤਪਾਦਨ ਕਿੱਥੋਂ ਕਰਾਵਾਂਗਾ ਕਿਉਂਕਿ ਮੇਰੇ ਕੋਲ ਤਾਂ ਕੱਚਾ ਮਾਲ ਖਰੀਦਣ ਵਾਸਤੇ ਤਾਂ ਮੈਂ ਪੈਸੇ ਹੀ ਨਹੀਂ ਰੱਖੇ ਸਾਰੇ ਦੇ ਸਾਰੇ ਪੈਸੇ ਤਾਂ ਮੈਂ ਮਸ਼ੀਨਾਂ ਤੇ ਲਾ ਦਿੱਤੇ ਤਾਂ ਸਥਾਈ ਪੂੰਜੀ ਨਿਰਮਾਣ ਦਾ ਮਤਲਬ ਹੈ ਸਥਿਰ ਵਸਤੂਆਂ ਤੇ ਲਾਉਣ ਵਾਲਾ ਪੂੰਜੀ ਨਿਰਮਾਣ ਸਥਿਰ ਵਸਤੂਆਂ ਤੇ ਲਾਇਆ ਗਿਆ ਪੈਸਾ
ਪੈਸਾ ਯਾਨੀ ਕਿ ਮਸ਼ੀਨਾਂ ਤੇ ਲਾਇਆ ਗਿਆ ਪੈਸਾ ਪਰ ਹੁਣ ਆਪਾਂ ਕੱਚੇ ਮਾਲ ਤੇ ਵੀ ਪੈਸਾ ਲਾਉਂਦੇ ਆ ਠੀਕ ਹੈ ਆਪਾਂ ਉਹ ਵੀ ਤਾਂ ਪੈਸੇ ਬਚਾ ਕੇ ਰੱਖਣੇ ਨੇ ਤਾਂ ਹੁਣ ਕੀ ਹੋਏਗਾ ਹੁਣ ਸੋਚੋ ਕਿ ਮੈਂ ਕੀ ਕੀਤਾ ਕੁਝ ਪੈਸੇ 10 ਲੱਖ ਰੁਪਏ ਮੇਰੇ ਕੋਲ ਟੋਟਲ ਸੀ ਉਹਦੇ ਚ ਮੈਂ ਕੀ ਕੀਤਾ 5 ਲੱਖ ਰੁਪਏ ਜਾਂ 7 ਲੱਖ ਰੁਪਏ ਜਾਂ 8 ਲੱਖ ਰੁਪਏ ਮੈਂ ਨਵੀਆਂ ਮਸ਼ੀਨਾਂ ਤੇ ਲਾ ਆ ਹੋ ਗਿਆ ਕੁੱਲ ਘਰੇਲੂ ਸਥਾਈ ਪੂੰਜੀ ਨਿਰਮਾਣ ਮਤਲਬ ਮੈਂ 8 ਲੱਖ ਰੁਪਏ ਇੱਥੇ ਲਾਤੇ ਹੈਗੇ ਕਿੰਨੇ ਸੀ ਮੇਰੇ ਕੋਲ 10 ਲੱਖ ਆਪਾਂ ਪਤਾ ਕੀ ਕਰਨਾ ਆਪਾਂ ਟੋਟਲ ਪਤਾ ਕਰਨਾ ਬਾਕੀ ਕਿੰਨੇ ਬਚੇ 2 ਲੱਖ 2 ਲੱਖ ਮੈਂ ਕੀ ਕੀਤਾ ਮੈਂ ਕੱਚਾ ਮਾਲ ਖਰੀਦਿਆ ਯਾਨੀ ਪਹਿਲਾਂ ਮੇਰੇ ਗੋਡਾਊਨ ਦੇ ਵਿੱਚ 5 ਲੱਖ ਰੁਪਏ ਦਾ ਕੱਚਾ ਮਾਲ ਪਿਆ ਸੀ ਮੈਂ 2 ਲੱਖ ਦਾ ਹੋਰ ਖਰੀਦ ਲਿਆ ਯਾਨੀ ਹੁਣ ਮੇਰੇ ਗੋਡਾਊਨ 'ਚ ਕਿੰਨਾ ਪਿਆ 7 ਲੱਖ ਰੁਪਏ ਦਾ ਠੀਕ ਹੋ ਗਿਆ ਤਾਂ ਆਪਾਂ ਇਹ ਦੇਖਾਂਗੇ ਕਿ ਜਿਹੜਾ ਆਪਣਾ ਸਟਾਕ ਵਿੱਚ ਬਦਲਾਅ ਆਇਆ ਉਹ ਕਿੰਨਾ ਹੈ ਹੁਣ ਐਗਜ਼ਾਮਪਲ ਨਾਲ ਇਸ ਚੀਜ਼ ਨੂੰ ਕਲੀਅਰ ਕਰੋ ਤਾਂ ਟੋਟਲ ਹੈਗੇ ਸੀ ਆਪਣੇ ਕੋਲ 10 ਲੱਖ ਰੁਪਏ 10 ਲੱਖ ਰੁਪਏ ਦੇ ਆਪਾਂ ਦੋ ਹਿੱਸੇ ਕਰਦੇ ਇੱਕ ਕੀਤਾ ਆਪਾਂ 8 ਲੱਖ ਇੱਕ ਆਪਾਂ ਕੀਤਾ 2 ਲੱਖ ਜਿਹੜਾ 8 ਲੱਖ ਹੈ ਉਹਦੇ ਆਪਾਂ ਲਈਆਂ ਮਸ਼ੀਨਾਂ ਯਾਨੀ 8 ਲੱਖ ਕੀ ਹੋ ਗਿਆ ਇਹ ਹੋ ਗਿਆ ਤੁਹਾਡਾ ਕੁੱਲ ਘਰੇਲੂ ਸਥਾਈ ਪੂੰਜੀ ਨਿਰਮਾਣ ਯਾਨੀ ਇਹਦੇ ਆਪਾਂ ਕੀ ਖਰੀਦ ਲਈਆਂ ਮਸ਼ੀਨਾਂ ਆ ਹੋ ਗਿਆ ਤੁਹਾਡਾ ਇੱਕ ਹਿੱਸਾ 8 ਲੱਖ ਦਾ ਹੁਣ 2 ਲੱਖ ਦਾ ਮੈਂ ਕੀ ਖਰੀਦਿਆ ਕੱਚਾ ਮਾਲ ਤਾਂ ਕਿ ਜਿਹੜੀਆਂ ਮੈਂ ਮਸ਼ੀਨਾਂ ਖਰੀਦੀਆਂ ਨੇ ਇਹਨਾਂ ਤੋਂ ਮੈਂ ਉਤਪਾਦਨ ਵੀ ਕਰਾ ਸਕਾਂ ਤਾਂ ਹੁਣ ਮੈਂ ਕਹਿੰਦਾ ਕਿ ਜੋ ਮੈਂ ਕੱਚਾ ਮਾਲ ਖਰੀਦ ਕੇ ਆਦੇ ਗੋਡਾਊਨ ਦੇ ਵਿੱਚ ਰੱਖਿਆ ਪਹਿਲਾਂ ਮੇਰੇ ਗੋਡਾਊਨ ਦੇ ਵਿੱਚ 5 ਲੱਖ ਰੁਪਏ ਦਾ ਕੱਚਾ ਮਾਲ ਪਿਆ ਸੀ ਪਹਿਲਾਂ ਹੁਣ ਪਿਆ 7 ਲੱਖ ਦਾ ਯਾਨੀ ਇਹਦਾ ਮਤਲਬ ਮੈਂ ਕਿੰਨੇ ਦਾ ਹੋਰ ਖਰੀਦਿਆ 2 ਲੱਖ ਦਾ ਕਿਉਂਕਿ 5 ਲੱਖ ਤਾਂ ਪਹਿਲਾਂ ਪਿਆ ਸੀ ਹੁਣ 7 ਲੱਖ ਪਿਆ ਤਾਂ ਕਿੰਨੇ ਦਾ ਚੇਂਜ ਆਇਆ 2 ਲੱਖ ਦਾ ਆ 2 ਲੱਖ ਕੀ ਹੈ ਇਹ 2 ਲੱਖ ਰੁਪਏ ਜਿਹੜੇ ਨੇ ਇਹ ਮੇਰੇ ਕੱਚੇ ਮਾਲ ਦੇ ਸਟਾਕ ਵਿੱਚ ਆਉਣ ਵਾਲਾ ਬਦਲਾਅ ਹੈ ਅਗਰ ਮੈਂ ਇਹਨਾਂ ਦੋਨਾਂ ਨੂੰ ਜੋੜਾਂਗਾ ਤਾਂ ਹੀ ਆ 10 ਲੱਖ ਰੁਪਏ ਜੋ ਕੀ ਹੈ ਜੋ ਮੇਰਾ ਕੁੱਲ ਘਰੇਲੂ ਪੂੰਜੀ ਨਿਰਮਾਣ ਹੈ ਉਹ ਪਤਾ ਲੱਗੇਗਾ ਜਦ ਸਮਝ ਲੱਗੀ ਤਾਂ ਅਗਰ ਆਪਾਂ ਕੁੱਲ ਘਰੇਲੂ ਸਥਾਈ ਪੂੰਜੀ ਨਿਰਮਾਣ ਦੇ ਵਿੱਚ ਆਪਾਂ ਸਟਾਕ ਵਿੱਚ ਬਦਲਾਅ ਜਿੰਨਾ ਆਇਆ ਉਹ ਜੋੜ ਦਈਏ ਤਾਂ ਕੀ ਬਣ ਜਾਏਗਾ ਕੁੱਲ ਘਰੇਲੂ ਪੂੰਜੀ ਨਿਰਮਾਣ ਪਤਾ ਲੱਗ ਜਾਏਗਾ ਹੁਣ ਕਈ ਵਾਰ ਕੀ ਕਰੇਗਾ ਤੁਹਾਨੂੰ ਇਹ ਸਟਾਕ ਵਿੱਚ ਬਦਲਾਅ ਵੀ ਨਹੀਂ ਦੇਗਾ ਹੁਣ ਇਹ ਵੀ ਆਪਾਂ ਨੂੰ ਕੈਲਕੂਲੇਟ ਕਰਨਾ ਪੈ ਸਕਦਾ ਕਿਵੇਂ ਹੁਣ ਸੋਚੋ ਵੀ ਆਪਣਾ ਆਨਸਰ ਕਿੰਨਾ ਆਇਆ ਸੀ ਆਪਣਾ ਸਟਾਕ ਕਿੰਨਾ ਬਦਲਿਆ ਸੀ 2 ਲੱਖ ਰੁਪਏ ਕਿਵੇਂ ਬਦਲਿਆ ਸੀ ਮੈਂ ਕਿਹਾ ਵੀ ਸ਼ੁਰੂਆਤ ਦੇ ਵਿੱਚ ਪਹਿਲਾਂ ਮੇਰੇ ਕੋਲ ਕਿੰਨੇ ਦਾ ਸਟਾਕ ਪਿਆ ਸੀ 5 ਲੱਖ ਦਾ ਹੁਣ ਕਿੰਨੇ ਦਾ ਪਿਆ 7 ਲੱਖ ਦਾ ਤਾਂ ਇੱਥੇ ਮੈਂ ਕੀ ਕੀਤਾ 7 ਲੱਖ ਤਾਂ 7 ਲੱਖ ਚੋਂ ਅਗਰ ਮੈਂ 5 ਲੱਖ ਘਟਾਇਆ ਸੀ ਤਾਂ ਇਹ ਤਾਂ 2 ਲੱਖ ਦਾ ਬਦਲਾਅ ਆਇਆ ਸੀ ਮੈਂ ਕਿਹਾ ਸੀ ਕਿ ਮੇਰੇ ਪਹਿਲਾਂ ਮੇਰੇ ਗੋਡਾਊਨ ਦੇ ਵਿੱਚ 5 ਲੱਖ ਰੁਪਏ ਦਾ ਕੱਚਾ ਮਾਲ ਪਿਆ ਸੀ ਠੀਕ ਹੋ ਗਿਆ ਹੁਣ ਪਿਆ 7 ਲੱਖ ਦਾ ਤਾਂ 7 ਦੇ ਵਿੱਚੋਂ 5 ਗਿਆ ਤਾਂ 2 ਲੱਖ ਦਾ ਮੇਰਾ ਸਟਾਕ 'ਚ ਬਦਲਾਅ ਆ ਗਿਆ ਹੁਣ ਸੋਚੋ ਮੈਂ 2 ਲੱਖ ਦਾ ਜਿਹੜਾ ਆਨਸਰ ਹੈ ਇਹ ਕਿਵੇਂ ਕੱਢਿਆ ਮੈਂ ਕੱਢਿਆ 7 ਲੱਖ ਰੁਪਏ 'ਚੋਂ 5 ਲੱਖ ਰੁਪਏ ਘਟਾ ਕੇ ਮਤਲਬ ਇਹ ਦੇਖਿਆ ਵੀ 7 ਲੱਖ ਰੁਪਏ ਦਾ ਕੀ ਪਿਆ ਹੁਣ ਯਾਨੀ ਕਿ ਆਖਰ ਦੇ ਵਿੱਚ ਯਾਨੀ ਸਟਾਕ 'ਚ ਬਦਲਾਅ ਕਿੰਨੇ ਬਰਾਬਰ ਹੋਇਆ ਮੈਂ ਦੇਖਿਆ ਕਿ ਮੇਰਾ ਅੰਤਿਮ ਸਟਾਕ ਕਿੰਨਾ ਹੈ ਯਾਨੀ ਕਿ ਹੁਣ ਲਾਸਟ ਵਿੱਚ ਮੇਰੇ ਕੋਲ ਕਿੰਨੇ ਦਾ ਸਮਾਨ ਪਿਆ 7 ਲੱਖ ਦਾ 5 ਲੱਖ ਦਾ ਕੀ ਪਿਆ ਸੀ ਪਹਿਲਾਂ ਉਹ ਕੀ ਸੀ ਮੇਰਾ ਆਰੰਭਿਕ ਸਟਾਕ ਤਾਂ ਜਿਹੜਾ ਆਪਣਾ ਸਟਾਕ ਵਿੱਚ ਬਦਲਾਅ ਹੈ ਉਹ ਕਿੰਨੇ ਬਰਾਬਰ ਹੁੰਦਾ ਹੈ ਆਖਿਰ ਦੇ ਵਿੱਚ ਦੇਖੋ ਕਿੰਨੇ ਦਾ ਸਟਾਕ ਪਿਆ ਸ਼ੁਰੂਆਤ ਵਿੱਚ ਦੇਖੋ ਕਿੰਨੇ ਦਾ ਸਟਾਕ ਪਿਆ ਤਾਂ ਜੋ ਬਦਲਾਅ ਹੋਏਗਾ ਉਹ ਤੁਹਾਡਾ ਸਟਾਕ ਵਿੱਚ ਬਦਲਾਅ ਜਿਹੜਾ ਉਹ ਆ ਜਾਏਗਾ ਤਾਂ ਇਸ ਤੋਂ ਆਪਾਂ ਕੀ ਕਰ ਸਕਦੇ ਹਾਂ ਇਸ ਤੋਂ ਆਪਾਂ ਇਹ ਕੁਐਸਚਨ ਜਿਹੜਾ ਉਹ ਸੋਲਵ ਕਰ ਸਕਦੇ ਹਾਂ ਤਾਂ ਧਿਆਨ ਰੱਖਣਾ ਹੈ ਜਿਹੜਾ ਉਤਪਾਦਕ ਖੇਤਰ ਹੈ ਉਹਨੇ ਕੀ ਕਰਨਾ ਹੈ ਉਹਨੇ ਨਿਵੇਸ਼ ਕਰਨਾ ਹੈ ਯਾਨੀ ਕਿ ਪੂੰਜੀ ਨਿਰਮਾਣ ਕਰਨਾ ਹੈ ਤਾਂ ਕੁੱਲ ਘਰੇਲੂ ਪੂੰਜੀ ਨਿਰਮਾਣ ਇਹ ਜੋੜਨਾ ਹੈ ਜੇ ਕੁੱਲ ਨਹੀਂ ਦਿੱਤਾ ਤਾਂ ਸ਼ੁੱਧ ਦਿੱਤਾ ਹੋ ਸਕਦਾ ਹੈ ਸ਼ੁੱਧ ਦੇ ਵਿੱਚ ਵਿਸਾਵਟ ਜੋੜਾਂਗੇ ਤਾਂ ਕੁੱਲ ਬਣ ਜਾਏਗਾ ਦਿੱਤਾ ਕਈ ਵਾਰੀ ਕੁੱਲ ਹੀ ਹੋਏਗਾ ਪਰ ਕੁੱਲ ਘਰੇਲੂ ਪੂੰਜੀ ਨਿਰਮਾਣ ਦੀ ਥਾਂ ਤੇ ਕੀ ਲਿਖਿਆ ਹੋਏਗਾ ਕੁੱਲ ਘਰੇਲੂ ਸਥਾਈ ਪੂੰਜੀ ਨਿਰਮਾਣ ਸਥਾਈ ਪੂੰਜੀ ਕੀ ਹੋਇਆ ਸਥਿਰ ਵਸਤੂਆਂ ਤੇ ਕੀਤਾ ਜਾਣ ਵਾਲਾ ਨਿਵੇਸ਼ ਪਰ ਆਪਾਂ ਕੀ ਕਰਦੇ ਹਾਂ ਕੱਚੇ ਮਾਲ ਦੇ ਵੀ ਪੈਸੇ ਲਾਉਂਦੇ ਹਾਂ ਅਗਰ ਆਪਾਂ
कच्चे माल के पैसे लावांगे तो की होएगा, जो अपने को कच्चे माल का स्टॉक पिया सी वो जे मैं हुण होर पैसे लाते तो स्टॉक की हो जाएगा बदल जाएगा। नाम क्या आ गया? स्टॉक विच बदला। हुण जे मैं पता करना है भी स्टॉक दे विच किन्ना बदलाव आया तो किवें पता लगावांगा? ए लिखांगा कि लास्ट दे विच किन्ना स्टॉक पिया माइनस शुरुआत दे विच किन्ना स्टॉक पिया सी। तो ए अपने तीन खेत्र हो गए। परिवार खेत्र ने की कर लिया? निजी अंतिम उपभोग खर्च कर लिया। सरकार ने की कर लिया? सरकारी अंतिम उपभोग खर्च कर लिया। उत्पादक खेत्र ने की कर लिया? कुल घरेलू पूंजी निर्माण कर लिया। हुण बचा अपने कोल होर संसार खेत्र। हुण सोचो आपा दूजे देशों दे नाल की कीता सी? आपा आयात कीते सी ते निर्यात कीते सी। दूजे देशों आपा ए दो काम ही करते हां, या ता आयात करते हां ते या निर्यात करते हां। ते की होएगा जे आपा निर्यात कर रहे हां, मतलब आपा चीजां उहनां नूं दे रहे हां, क्यों होएगा? उनके बदले पैसा मिलेगा। यानी जेडे निर्यात ने ओ की होंगे? प्लस होंगे। जे आपा आयात कीते ने तो उनके बदले आपा पैसे दिते सी तो आयात की हो जाएंगे? माइनस हो जाएंगे। तो अल्टीमेटली आंसर कितना आएगा? देखो निर्यात जुड़ रहे ने, आयात माइनस हो रहे ने, तो ऐसे क्या आएगा अपने कुल शुद्ध निर्यात। शुद्ध निर्यात का मतलब की होया भी जो तुसी निर्यात किते जो तुसी आयात किते उन्हां दा घाटा वाधा करके जो आ गया वो शुद्ध निर्यात आ गया। ता आपां होर संसार खेत्र भी ले लिया। ता चार खेत्र ने, चार खेत्रां दा खर्चा जिहड़ा है वो आपां ले लिया। यानी इन्हां दा उपभोग खर्च हो गया, सरकार दा भी उपभोग खर्च हो गया, उत्पादक खेत्र दा पूंजी निर्माण हो गया। हुण निर्यात ते भी खर्चा होएगा ते आयात ते भी खर्चा होएगा। हुण कई वारी कन्फ्यूजन हो जाती है भी जिहड़ा निर्यात है उहदे तों तां आमदन हो रही है, पर जदों ओ निर्यात करन वालियां चीजां बनाओगे ते होएगा उहदे ते खर्चा करना पएगा। जदों ए आयात करोगे तां उहदे बदले पैसे देने पैणगे, ओ वी खर्चा है। तां ए सारे किने? चार खेत्रां दे चार तरां दे खर्चे ने। पंजवां खेत्र ही नहीं हैगा ते पंजवें तरां दा खर्चा भी आण दी कोई उम्मीद नहीं हैगी। तां हुण अपना मेन मकसद की है कि आपां ए चार तरह के खर्चे जिहड़े ने ओह जोड़ देने ने। जदों भी आपां नूं न्यूमेरिकल आएगा आपां की करना है ओह न्यूमेरिकल दे विच सब तो पहला ये चार चीज़ां जोड़नियां ने। पंजवीं चीज़ भावें जो मर्जी दित्ती होए आपां उहदे आले पासे वेखणा भी, मतलब आपां की करांगे सब तो पहला की करांगे अपनी नज़र किधर पे जानी चाहिए है? निजी अंतिम उपभोग खर्च से जानी चाहिए है, फिर सरकारी अंतिम उपभोग खर्च से जानी चाहिए है, फिर कुल घरेलू पूंजी निर्माण से जानी चाहिए है। जेता सीधा दिता है फिर तो ठीक, नहीं दिता इहदे अगे हिस्से हो सकते ने वो कर लो। लास्ट च होएगा शुद्ध निर्यात। सब तो पहला ये चार चीजा ही जोड़नियां ने, इस तो इलावा कोई भी पंजवीं चीज जिहड़ी है वो नहीं जोड़नी। चार चीजा जोड़तियां। हुण जोड़ के जो इहदा आंसर आएगा वो की आएगा? हुण सोचो आपा की कर रहे हैं, आपा खर्चा कर रहे हैं। हुण जिवें आमदन विधि दे विच आमदन किन्नू हुंदी सी? उत्पादन दे साधना नूं। ਤਾਂ ਜੋ ਵੀ ਆਨਸਰ ਆਇਆ ਸੀ ਉਹ ਕੀ ਆਇਆ ਸੀ? ਸਾਧਨ ਲਾਗਤ ਤੇ। ਹੁਣ ਆਪਾਂ ਖਰਚਾ ਕਰਨਾ ਹੈ। ਅਗਰ ਮੈਂ ਇਹ ਕਹਿੰਦਾ ਕਿ ਆ ਮਾਰਕਰ ਦੇ ਉੱਪਰ ਮੈਂ ਖਰਚਾ ਕੀਤਾ ਕਿੰਨਾ? 25 ਰੁਪਏ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਮੈਂ 25 ਰੁਪਏ ਦੇ ਤੇ ਖਰਚਾ ਕਿਉਂ ਕੀਤਾ? ਕਿਉਂਕਿ ਬਾਜ਼ਾਰ ਦੇ ਵਿੱਚ ਇਹਦੀ ਕੀਮਤ ਜਿਹੜੀ ਹੈ ਉਹ ਕਿੰਨੀ ਹੈ? 25 ਰੁਪਏ। ਆਪਾਂ ਜਦੋਂ ਵੀ ਖਰਚਾ ਕਰਦੇ ਹਾਂ ਤਾਂ ਕਿਸੇ ਵੀ ਚੀਜ਼ ਤੇ ਕਿੰਨਾ ਖਰਚਾ ਕੀਤਾ ਜਾਂਦਾ ਹੈ ਉਹ ਡਿਪੈਂਡ ਕਰਦਾ ਹੈ ਕਿ ਉਹਦੀ ਬਾਜ਼ਾਰ ਦੇ ਵਿੱਚ ਕੀਮਤ ਕਿੰਨੀ ਹੈ। ਜਿੰਨੀ ਬਾਜ਼ਾਰ ਕੀਮਤ ਹੋਏਗੀ ਓਨਾ ਹੀ ਮੈਂ ਖਰਚਾ ਕਰਾਂਗੇ। ਤਾਂ ਕਿਉਂਕਿ ਖਰਚਾ ਹੈ, ਖਰਚਾ ਕਿਹਦੇ ਤੇ ਹੁੰਦਾ ਹੈ? ਹਮੇਸ਼ਾ ਬਾਜ਼ਾਰ ਕੀਮਤ ਤੇ। ਯਾਨੀ ਹੁਣ ਜੋ ਵੀ ਆਨਸਰ ਆਏਗਾ ਉਹ ਕੀ ਆਏਗਾ? ਤੁਹਾਡਾ ਬਾਜ਼ਾਰ ਕੀਮਤ ਤੇ ਆਉਣਾ ਹੈ। ਹੁਣ ਸ਼ੁੱਧ ਆਏਗਾ ਕਿ ਕੁੱਲ ਆਏਗਾ? ਇਹਦਾ ਆਈਡੀਆ ਆਪਾਂ ਨੂੰ ਨੰਬਰ 3 ਤੋਂ ਮਿਲ ਜਾਂਦਾ ਹੈ। ਆਪਾਂ ਕਿਹਾ ਸੀ ਦਿੱਤਾ ਹੋਏਗਾ ਸ਼ੁੱਧ ਵਿੱਚ ਕਿਸਾਬੜ ਜੋੜ ਕੇ ਆਪਾਂ ਟੋਟਲ ਲੈ ਰਿਹਾ ਹੈ, ਯਾਨੀ ਆਪਾਂ ਇੱਥੇ ਕੀ ਲੈ ਰਿਹਾ? ਕੁੱਲ ਲੈ ਰਿਹਾ। ਤਾਂ ਇੱਥੇ ਜੋ ਆਨਸਰ ਆਏਗਾ ਉਹ ਵੀ ਕੀ ਆਏਗਾ? ਕੁੱਲ ਆਏਗਾ। ਫਿਰ ਆਪਾਂ ਵਿਦੇਸ਼ਾਂ ਤੋਂ ਹੋਣ ਵਾਲੀ ਸਾਧਨ ਆਮਦਨ ਲਈ
नहीं लई तां जो भी आंसर आएगा वो की आएगा घरेलू उत्पादन आएगा। तां अगर आपां ये चार चीजां जिहड़ियां ने वो जोड़ लेंदे आ तां जो आंसर आएगा वो की आएगा बाजार कीमत ते बाजार कीमत ते कुल घरेलू उत्पादन क्यों आएगा? रिपीट करने लग गया नंबर वन, क्योंकि खर्चा है, खर्चा हमेशा बाजार कीमत पे होएगा। कुल क्यों होएगा? क्योंकि अपन देखो कुल घरेलू पूंजी निर्माण जोड़े है, अपन शुद्ध दिता हुआ सी पर अपन गिरावट जोड़ के वो कुल बना लिया, अल्टीमेटली थल्ले लिखी आएगा कुल आएगा, क्योंकि अपन विदेशों तो शुद्ध साधन आमदन नहीं रही है, तो जो आएगा वो की आएगा घरेलू आएगा, ता बाजार कीमत ते कुल घरेलू उत्पादन। हुन इन्दे च एक कंफ्यूजन और हो सकती है, वो कि मैं क्या भी अपन विदेशों तो शुद्ध साधन आमदन तो ले ही नहीं, तुसी कहोगे सर आ देखो जी आ निर्यात आयात तो अपन लेंदे पे आ। हुन याद करो अपना चार क्षेत्रीय अर्थव्यवस्था मॉडल, जिहड़ा अपना होर संसार खेतर सी ओ की करदा पिया सी। अगर तुसी अपनी कॉपी दे विच चेक करो तुहानू पता लगेगा भी जिहड़ा होर संसार खेतर है ओ सिर्फ दो खेतरां दे नाल लेनदेन करदा है, एक उत्पादक खेतर दे नाल ते एक परिवार खेतर दे नाल। जिहड़ा उत्पादक खेतर दे नाल करदा है ओ की करदा है? आयात निर्यात, ठीक है। जिहड़ा परिवार खेतर नाल करदा है ओ नाल की करेगा? हुण सोचो मैं की किया सी हुणे, मैं क्या आपा विदेशां तों शुद्ध साधन आमदन नहीं जोड़ी। हुण साधन किंदे कोल हुंदे ने? परिवार खेतर कोल हुंदे ने। हुण परिवार खेतर की करदा है? दूजे देशां नूं उत्पादन दे साधन दिंदा भी है ते उहनां कोलों उत्पादन दे साधन लैंदा भी है, यानी अपने डॉक्टर उत्थे काम करदे ने, उहनां दे डॉक्टर अपने इत्थे काम करदे ने। ਤਾਂ ਹੁਣ ਜਿਹੜੇ ਵੀ ਉਤਪਾਦਨ ਦੇ ਸਾਧਨ ਨੇ ਉਹ ਕਿੰਨੇ ਕੋਲ ਨੇ? ਉਹ ਪਰਿਵਾਰ ਖੇਤਰ ਕੋਲ ਨੇ। ਜਿਹੜਾ ਆਯਾਤ ਨਿਰਯਾਤ ਹੋ ਰਿਹਾ ਹੈ ਇਹ ਕਿੰਨੇ ਨਾਲ ਹੋ ਰਿਹਾ ਹੈ? ਇਹ ਹੋ ਰਿਹਾ ਹੈ ਉਤਪਾਦਕ ਖੇਤਰ ਦੇ ਨਾਲ। ਤਾਂ ਆਪਾਂ ਸਿਰਫ ਉਤਪਾਦਕ ਖੇਤਰ ਨਾਲ ਹੋਣ ਵਾਲੇ ਆਯਾਤ ਨਿਰਯਾਤ ਲੈ ਨੇ, ਯਾਨੀ ਜਿਹੜਾ ਹੋਰ ਸੰਸਾਰ ਖੇਤਰ ਹੈ ਉਹਦਾ ਸਿਰਫ ਤੇ ਸਿਰਫ ਉਤਪਾਦਕ ਖੇਤਰ ਨਾਲ ਜੋ ਲੈਣ ਦੇਣ ਹੋ ਰਿਹਾ ਹੈ ਉਹ ਲਿਆ ਆਪਾਂ। ਜਿਹੜਾ ਪਰਿਵਾਰ ਖੇਤਰ ਨਾਲ ਉਹ ਸਾਰਾ ਦਾ ਲੈਣ ਦੇਣ ਕਰਦਾ ਹੈ ਉਹ ਤਾਂ ਆਪਾਂ ਹਾਲੇ ਲਿਆ ਹੀ ਨਹੀਂ। ਤਾਂ ਆਪਾਂ ਕਹਾਂਗੇ ਕਿ ਵਿਦੇਸ਼ਾਂ ਤੋਂ ਜਿਹੜੀ ਸ਼ੁੱਧ ਸਾਧਨ ਆਮਦਨ ਹੈ ਉਹ ਆਪਾਂ ਹਾਲੀ ਨਹੀਂ ਲਈ। ਸਾਧਨ ਕਿੰਨੇ ਕੋਲ ਨੇ? ਪਰਿਵਾਰ ਖੇਤਰ ਕੋਲ, ਉਹ ਆਪਾਂ ਹਾਲੀ ਨਹੀਂ ਲਈ। ਤਾਂ ਜੋ ਆਂਸਰ ਆਏਗਾ ਬਾਜ਼ਾਰ ਕੀਮਤ ਤੇ ਕੁੱਲ ਘਰੇਲੂ ਉਤਪਾਦਨ ਦਾ ਆਪਣਾ ਆਂਸਰ ਜਿਹੜਾ ਉਹ ਆ ਜਾਏਗਾ। ਹੁਣ ਸੋਚੋ ਕਿ ਆਪਾਂ ਇਹ ਸੋਲਵ ਕਰਕੇ ਕੀ ਕੀਤਾ? ਚਾਰ ਚੀਜ਼ਾਂ ਜੋੜ ਕੇ ਬਾਜ਼ਾਰ ਕੀਮਤ ਤੇ ਕੁੱਲ ਘਰੇਲੂ ਉਤਪਾਦਨ ਜਿਹੜਾ ਉਹ ਨਿਕਾਲਿਆ। ਧਿਆਨ ਰੱਖਣਾ ਇਹ ਚਾਰ ਹੀ ਚੀਜ਼ਾਂ ਜੋੜਨੀਆਂ ਨੇ, ਪੰਜਵੀਂ ਨਹੀਂ। ਚਾਰ ਤੇ ਪੰਜ ਹੋ ਸਕਦੀਆਂ ਨੇ, ਇਹਨਾਂ ਦੋਨਾਂ ਦੇ ਹਿੱਸੇ ਹੋ ਸਕਦੇ ਨੇ, ਇਹਨਾਂ ਦੋਨਾਂ ਦੇ ਹਿੱਸੇ ਹੋ ਸਕਦੇ ਨੇ। ਹੋ ਸਕਦਾ ਤੁਹਾਨੂੰ ਸ਼ੁੱਧ ਨਿਰਯਾਤ ਨਾ ਦਿੱਤੇ ਹੋਣ, ਜੇ ਨਹੀਂ ਦਿੱਤੇ ਤਾਂ ਨਿਰਯਾਤ ਜੋੜਨੇ ਨੇ ਤੇ ਆਯਾਤ ਮਾਈਨਸ ਕਰਨੇ ਨੇ। ਮੰਨ ਲਓ ਆਪਾਂ ਨੂੰ ਕਹਿੰਦਾ ਹੈ ਕਿ ਰਾਸ਼ਟਰੀ ਆਮਦਨ ਵਧੋ, ਉਹ ਕੀ ਹੈ? ਉਹ ਹੈ ਸਾਧਨ ਲਾਗਤ ਤੇ ਸ਼ੁੱਧ ਰਾਸ਼ਟਰੀ ਉਤਪਾਦਨ। ਆ ਚੀਜ਼ ਬਣਾਉਣਾ ਹੈ। ਹੁਣ ਹੈਗਾ ਬਾਜ਼ਾਰ ਕੀਮਤ ਹੈ, ਆਪਾਂ ਇੱਥੋਂ ਸੋਲਵ ਕਰਕੇ ਬਣਾ ਲਿਆ। ਬਣਾਉਣਾ ਕੀ ਹੈ? ਸਾਧਨ ਲਾਗਤ ਹੈਗਾ, ਬਾਜ਼ਾਰ ਕੀਮਤ ਹੈ, ਬਣਾਉਣਾ ਸਾਧਨ ਲਾਗਤ ਹੈ। ਤਾਂ ਕੀ ਕਰਾਂਗੇ ਆਪਾਂ? ਇਹਨਾਂ ਦੋਨਾਂ ਦਾ ਡਿਫਰੈਂਸ ਸੋਚਾਂਗੇ ਕਿੰਨੇ ਬਰਾਬਰ ਹੈ? ਸ਼ੁੱਧ ਅਪ੍ਰਤੱਖ ਕਰ ਦੇ ਬਰਾਬਰ ਹੈ, ਹੈਗਾ ਬਾਜ਼ਾਰ ਕੀਮਤ ਹੈ, ਬਣਾਉਣਾ ਸਾਧਨ ਲਾਗਤ ਹੈ। ਤਾਂ ਕੀ ਕਰਾਂਗੇ? ਸ਼ੁੱਧ ਅਪ੍ਰਤੱਖ ਕਰ ਜਿਹੜੇ ਨੇ ਮਾਈਨਸ ਕਰ ਦੇਵਾਂਗੇ। ਹੈਗਾ ਕੁੱਲ ਹੈ, ਬਣਾਉਣਾ ਸ਼ੁੱਧ ਹੈ, ਤਾਂ ਕੀ ਕਰਾਂਗੇ? ਇਹਨਾਂ ਦੋਨਾਂ ਡਿਫਰੈਂਸ ਕਿੰਨੇ ਬਰਾਬਰ ਹੈ? ਗਿਸਾਵਟ ਦੇ। ਹੈਗਾ ਕੁੱਲ ਹੈ, ਬਣਾਉਣਾ ਸ਼ੁੱਧ ਹੈ, ਤਾਂ ਗਿਸਾਵਟ ਮਾਈਨਸ ਕਰ ਦੇਵਾਂਗੇ। ਹੈਗਾ ਘਰੇਲੂ ਹੈ, ਬਣਾਉਣਾ ਰਾਸ਼ਟਰੀ ਹੈ, ਇਹਨਾਂ ਦੋਨਾਂ ਦਾ ਅੰਤਰ ਕਿੰਨੇ ਬਰਾਬਰ ਹੈ? ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ ਦੇ ਬਰਾਬਰ ਹੈ। ਘਰੇਲੂ ਹੈਗਾ ਰਾਸ਼ਟਰੀ ਬਣਾਉਣਾ ਹੈ, ਤਾਂ ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ ਜਿਹੜੀ ਹੈ ਕੀ ਕਰ ਦਿਆਂਗੇ? ਪਲੱਸ ਕਰ ਦਿਆਂਗੇ, ਤਾਂ ਆਪਣਾ ਸਾਧਨ ਲਾਗਤ ਤੇ ਸ਼ੁੱਧ ਰਾਸ਼ਟਰੀ ਉਤਪਾਦਨ ਨਿਕਲ ਜਾਏਗਾ। ਕੁਝ ਹੋਰ ਚੇਂਜਸ ਕਰਨੇ ਨੇ ਉਹ ਵੀ ਹੋ ਸਕਦੇ ਨੇ, ਪਰ ਸਭ ਤੋਂ ਪਹਿਲਾਂ ਇੱਕ ਬੇਸ ਤਿਆਰ ਕਰਨਾ ਪਏਗਾ ਚਾਰ ਚੀਜ਼ਾਂ ਨੂੰ ਜੋੜ ਕੇ। ਨਿੱਜੀ ਅੰਤਿਮ ਉਪਭੋਗ ਖਰਚ, ਸਰਕਾਰੀ ਅੰਤਿਮ ਉਪਭੋਗ ਖਰਚ, ਕੁੱਲ ਘਰੇਲੂ ਪੂੰਜੀ ਨਿਰਮਾਣ ਤੇ ਸ਼ੁੱਧ ਨਿਰਯਾਤ। ਬਸ
ਇਹ ਚਾਰ ਚੀਜ਼ਾਂ ਜੋੜ ਕੇ ਬਾਜ਼ਾਰ ਕੀਮਤ ਤੇ ਕੁੱਲ ਘਰੇਲੂ ਉਤਪਾਦਨ ਨਿਕਾਲ ਲਓ ਉਸ ਤੋਂ ਬਾਅਦ ਜਿਵੇਂ ਮਰਜ਼ੀ ਚੇਂਜਸ ਜਿਹੜੇ ਨੇ ਉਹ ਕਰ ਦੇ ਤਾਂ ਉਮੀਦ ਹੈ ਤੁਹਾਨੂੰ ਲੈਕਚਰ ਜਿਹੜਾ ਹੈ ਉਹ ਅੱਛਾ ਲੱਗਿਆ ਹੋਵੇਗਾ ਸਮਝ ਵੀ ਆਇਆ ਹੋਵੇਗਾ ਤਾਂ ਅਗਰ ਕੋਈ ਡਾਊਟ ਹੋਵੇ ਤਾਂ ਕਮੈਂਟ ਬਾਕਸ ਜ਼ਰੂਰ ਪਾਇਆ ਜੇ ਥੈਂਕ ਯੂ ਵੈਰੀ ਮੱਚ